ਇਹ ਕਿਹੜੀ ਫਿਲਮ ਬਣਾਉਣ ਲੱਗੇ ਆ? ਹੋਸ਼ ਕਰ ਯਾਰ, ਤੇਰੀ ਫੁੱਫੀ ਏ ਬੇਵਕੂ। ਇੱਕੋ ਸੱਚ ਦੱਸੋ, ਇੱਥੇ ਮੈਂ ਕਹਿੰਦੀ ਹਾਂ ਕਿ ਤੇਰਾ ਲੇਲਾ ਹੋਵੇ, ਐਡਾ ਜਜ਼ਬਾਤੀ ਹੋਣ ਦੀ ਕਿਹੜੀ ਲੋੜ ਸੀ? ਮੈਂ ਤੇ ਹਲਕਾ ਜਿਹਾ ਨਹੀਂ ਕੀਤਾ ਸੀ। ਮੈਂ ਤੇ ਤੁਸੀਂ ਮੈਨੂੰ ਤੰਗੜਾ ਓਏ ਨਵੀਂ ਆਪ ਕਿਹੜੀ ਲਾ? ਇੱਕੋ ਸੱਚ ਦੱਸੋ, ਦੂਸਰਾ ਤੈਨੂੰ ਆਉਣਾ ਨਹੀਂ? ਪਹਿਲੇ ਪਿਛਲੇ ਪੈਸੇ ਦੇ। ਇੱਕੋ ਸੱਚ ਦੱਸੋ ਕਿ ਸਾਡੀ ਜ਼ਮਾਨਤ ਕਿੰਨੇ ਕਰਾਈ ਏ? ਉਹ ਮੈਂ ਕਰਾਈ ਆ ਜੂਜ ਬਜੂਜ। ਕਿਉਂ ਕਰਾਈ ਸਾਡੀ ਜ਼ਮਾਨਤ? ਕੀ ਹੋਇਆ ਕਾਕਾ? ਚੰਗੇ ਭਲੇ ਅਸੀਂ ਜੇਲ੍ਹ 'ਚ ਸੈੱਟ ਹੈਗੇ ਸੀ। ਲੈ, ਉਹਨੇ ਜੇਲ੍ਹ ਨੂੰ ਇੰਗਲੈਂਡ ਸਮਝਿਆ। ਉਹ ਕਮ ਸੇ ਕਮ ਉੱਥੇ ਬੱਤੀ ਤਾਂ ਨਹੀਂ ਨਾ ਜਾਂਦੀ ਸੀ? ਨਾ ਬੱਤੀ ਜਾਂਦੀ ਸੀ, ਨਾ ਪੈਟਰੋਲ ਮਹਿੰਗਾ ਹੁੰਦਾ ਸੀ। ਉੱਥੇ ਪੰਪ ਲੱਗਾ ਅੰਦਰ। ਪੰਪ ਲੱਗਾ ਅੰਦਰ। ਇਹ ਬਦਮਾਸ਼ ਏ, ਹੈਲੋ, ਦੇਖੋ ਮੈਨੂੰ ਕੁਝ ਮਤ ਕਹਿਣਾ। ਇਹਨੂੰ ਇਹ ਨਹੀਂ ਪਤਾ 7 ਸਾਲ ਕੈਦੇ ਬਾ ਮੁਸ਼ਕਤ ਕੱਟ ਕੇ ਆਏ ਆ ਅਸੀਂ ਤੇ ਸਾਨੂੰ ਇਸ ਟਾਈਮ ਇਹ ਬਿਲਕੁਲ ਰੈਡੀ ਲੱਗ ਰਹੀ ਹੈ। ਇਹ ਕੈਸੀ ਗੱਲ ਹੈ ਵੀ ਇਹ ਰੈਡੀ ਲੱਗ ਰਹੀ ਹੈ? ਐ ਟੈਡੀ ਲੱਗ ਰਹੀ ਹੈ। ਓਏ ਸਹੀ ਦੱਸ ਓਏ, ਓ ਟੈਡੀ, ਇਹ ਰੈਡੀ ਤੇਰੀ ਅੰਮੀ ਤਾਂ ਨਹੀਂ? ਸ਼ੈਟ ਅਪ ਯੂ, 2 ਸਫਿਆਂ ਵਾਲੀ ਕਾਪੀ। ਇਹ ਤਾਂ ਮੈਨੂੰ ਪਿੱਛੋਂ ਵੀ ਜਾਣਦੀ। ਆਪਣੇ ਕੋ ਦੇਖੋ, ਮੈਨੂੰ ਕੁਝ ਮਤ ਕਹਿਣਾ। ਓਏ ਕੁਝ ਕਹਿਣ ਦੇ ਨੇ ਮੈਨੂੰ, ਬਚਾ ਲੈ ਕਿਤੇ। ਇਹ ਵੀ ਤਾਂ ਨਹੀਂ 7 ਸਾਲ ਬਾਅਦ ਰਿਹਾ ਹੋ ਗਿਆ ਹੀ। ਤੁਸੀਂ ਇੱਧਰ ਆ ਜਾਓ, ਕੁਝ ਨਹੀਂ ਕਹਿੰਦੇ ਤੁਹਾਨੂੰ, ਰੌਲਾ ਕਰਦਾ ਕਰਦਾ ਰਹੋ। ਓ ਬਿਸਮਿਲਲਾ ਚਾਚਾ ਜੀ, ਜੀ ਤੁਹਾਨੂੰ ਕਿੰਨੇ ਕਿ ਅਸੀਂ ਐਡਾ ਖੁੱਲਾ ਚੀਰ ਕੱਢੋ। ਓਏ ਕੌਣ ਹੈ ਖੋਤੀ ਦਾ ਬੱਚਾ? ਓਏ ਇਹ ਮੇਰਾ ਮਾਲਕ ਹੈ ਜੀ, ਮੇਰਾ ਮਾਤਾ ਨੂੰ ਸੱਦਿਆ ਨਾ ਤਾਰਫ ਕਰਾਉਣ ਨੂੰ ਲੱਗ ਗਿਆ ਪਤਾ। ਉਹ ਮਾਫ ਕਰਨਾ ਚਾਚਾ ਜੀ, ਮੈਂ ਪਛਾਤਾ ਨਹੀਂ ਸੀ, ਇਹ ਮੇਰਾ ਸਾਥੀ ਹੈ ਜੀ। ਕੌਣ? ਆਹ ਜੀ ਹੈ, ਹਾਂ ਇਹ ਤਾਂ ਸਾਥੀ ਹੈ ਹੀ। ਦੇਖੋ ਬਦਮਾਸ਼ ਜੀ। ਹਾਂ ਜੀ। ਆਪ ਬਦਮਾਸ਼ ਹੈ? ਹਾਂ ਜੀ। ਮੈਨੂੰ ਆਪਣੀ ਬਦਮਾਸ਼ੀ ਦਿਖਾਓ ਨਾ। ਤੈਨੂੰ ਸਮਝਾ ਲੈ, ਮੈਂ ਕਹਿੰਦਾ ਕਿ ਬੱਤੀ ਵੀ ਨਹੀਂ ਅੱਜ ਜਾਣ ਦਈ। ਦਲੀਲ ਦਿਆ ਬੱਚਿਆ, ਕਾਰ ਤੂੰ ਹੀ ਨੰਦਣਾ ਚਾਹ, ਮੈਂ ਵਾਪਸ ਚੱਲੇ। ਯਾਰ ਮੇਰਾ ਪੈਰ ਬਣ ਸਕੇ ਯਾਰ, ਚਲੋ ਕੋਈ ਨਹੀਂ ਆ ਰਿਹਾ। ਮੈਂ ਤੁਹਾਡੇ ਮੂੰਹ ਤੋਂ ਮਾਫ ਕਰਨ ਲੱਗਾ, ਪੁੱਛੋ ਕਿਉਂ? ਕਿਉਂ ਤੁਹਾਡਾ ਕੋਈ ਲਚੀਰ ਮੈਨੂੰ ਪਸੰਦ ਹੈ? ਉਹ ਪਹਿਲੇ ਇੱਧਰ ਨਹੀਂ ਲੱਤ ਸੀ, ਇੱਧਰ ਲੈ ਸੀ। ਹਾਂ ਇਹ ਹੀ ਕਰ ਲੈਂਦੇ ਹਾਂ ਦੁਬਾਰਾ। ਇਨਸਾਨ ਦਾ ਪੁੱਤਰ ਬਣ, ਛੱਡ ਦਿਓ ਯਾਰ ਸਾਰੀਆਂ ਗੱਲਾਂ 'ਚ ਕੀ ਪਿਆ। ਦੋ ਚੁਗਤਾਂ ਕਰ ਲਈਏ, ਕਰ ਲਾ ਜਿਹੜਾ ਮੈਂ ਘੰਟੇ ਤੋਂ ਬਣਨੀ ਆ। ਮੋਟਰਸਾਈਕਲ ਤੇ ਜਾ ਰਹੇ ਨੂੰ ਪੁਲਿਸ ਵਾਲੇ ਰੋਕਣਾ, ਕਹਿੰਦਾ ਤੇਰਾ ਪਿਓ ਕੀ ਕੰਮ ਕਰਦਾ ਹੈ? ਕਹਿੰਦਾ ਪਤਾ ਨਹੀਂ ਜੀ, ਮੈਂ ਤਾਂ ਛੇਤੀ ਸੌ ਜਾਂਦਾ। ਇਹ ਵੀ ਮੋਟਰਸਾਈਕਲ ਤੇ ਜਾ ਰਿਹਾ, ਸਰਜੰਟ ਕਹਿੰਦਾ ਤੈਨੂੰ ਹੱਥ 'ਚ ਤਾਂ ਰੁਕਿਆ ਨਹੀਂ, ਕਹਿੰਦਾ ਪਿੱਛੇ ਇੱਕ ਬੰਦੇ ਨੇ ਬਾਂਹ ਦਿੱਤੀ, ਮੈਂ ਤਦ ਨਹੀਂ ਰੁਕਿਆ। ਇਹਦੀ ਬੀਵੀ ਦੌੜ ਗਈ, ਇਹ ਫਿਰ ਆਪਣੀ ਲੈ ਆ। ਉਹ ਮੇਰਾ ਯਾਰ ਬੇਇੱਜ਼ਤ ਹੋਇਆ, ਅੱਗੇ ਬੜਾ ਨੈਪ ਨਾਜ਼ਮ ਲੱਗੇ ਆ ਅਸੀਂ। ਮੇਰੀ ਗੱਲ ਫਿਰ ਵੀ ਉੱਥੇ ਹੀ ਹੈ, ਤੇਰੀ ਭੈਣ ਵੀ ਸੁਣਿਆ ਜੇ ਉੱਥੇ ਹੀ ਆ। ਹਾਂ ਡਾਲਾ ਡੀਕਨ ਡਾਕੂ ਇਹਦੀ ਭੈਣ ਨੂੰ ਚੁੱਕ ਲਾ ਕੇ 3 ਦਿਨ ਬਾਅਦ ਭੈਣ ਵਾਪਸ ਆਈ। ਮੈਂ ਕਿਹਾ ਸਨਾਜ ਜਦ ਬਚ ਗਈ, ਕਹਿੰਦਾ ਹਾਂ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਡਾਕੂ ਪਠਾਨ ਸਨ। ਇਹਨੂੰ ਕਿਵੇਂ ਪਤਾ ਹੋਇਆ? ਇਹ ਮੇਰੇ ਤੋਂ ਪਹਿਲੇ ਉੱਥੇ ਆਪਣੀ ਲੈਣ ਗਿਆ ਸੀ, ਇਹਨੇ ਦੱਸਿਆ। ਇਹ ਇਹਨੂੰ ਜੁਗਤ ਨਹੀਂ ਕਰਨੀ, ਹੋਰ ਇਹਨੂੰ ਖੁਰਕ ਕਰਨੀ। ਓਏ ਬੇਵਕੂਫਾ, ਇਹ ਆਪਣਾ ਬਚਪਨ ਦਾ ਯਾਰ ਹੈ। ਬੱਚੋ ਹਾਂ, ਬਾਥਰੂਮ ਵਿੱਚ ਬੈਠਾ ਤੇ ਘੰਟੇ ਬਾਅਦ ਯਾਦ ਆਇਆ ਪਜਾਮਾ ਤੇ ਲਾਇਆ ਹੀ ਨਹੀਂ। ਮਹੱਲੇ 'ਚ ਨਵਾਂ ਕਾਟਨ ਦਾ ਸੂਟ ਪਾ ਕੇ ਤੇ ਇਹਦਾ ਭਰਾ ਫੇਰੇ ਕਲਫ ਲੱਗਾ ਨਵਾਂ ਸੂਟ। ਮੈਂ ਕਿਹਾ ਖੈਰ ਇਹ ਨਵੇਂ ਸੂਟ ਪਾਏ? ਕਹਿੰਦਾ ਆਹ ਬਾਜੀ ਨਾਲ ਜ਼ਿਆਦਤੀ ਹੋਈ ਸੀ ਨਾ, ਅੱਜ ਜੀਓ ਵਾਲੇ ਆ ਰਹੇ ਨੇ।
ਪਾਏ ਤੇ ਆਪ ਹੀ ਸਾਰਾ ਡਾਟ ਓਏ ਇੱਕ ਮਿੰਟ ਚਾਚਾ ਜੀ ਓਏ ਇੱਕ ਮਿੰਟ ਕੀ ਹੈ ਕੀ ਇੱਕ ਮਿੰਟ ਤੇਰਾ ਸਾਡਾ ਮਜ਼ਾਕ ਹੈ ਉਹ ਕਰਨ ਦੇ ਮਜ਼ਾਕ ਹੈ ਮਜ਼ਾਕ ਮੇਰਾ ਮਾਲਕ ਮੈਂ ਉਹਦੇ ਮੇਰਾ ਮਜ਼ਾਕ ਮੈਂ ਸਟਾਰ ਤੋਂ ਲਗਾ ਕਿਉਂ ਮੇਰੇ ਨੌਕਰ ਨੂੰ ਜੁਗਤਾਂ ਕਰਦੇ ਹੋ ਤੇ ਤੂੰ ਸਾਡਾ ਜਵਾਬ ਦੇਗਾ ਜਵਾਬ ਦੇਗਾ ਚਲੋ ਕਰੋ ਆਪ ਸਾਰਾ ਡਾਕਟਰ ਖੁੱਲ ਗਿਆ ਕਿਉਂ ਕਿਹੜੀ ਬਿਮਾਰੀ ਪੈ ਗਈ ਤੈਨੂੰ ਚੁੰਝ ਮੂਹੇ ਓਏ ਉਹ ਤਮੀਜ਼ ਨਾ ਰਹੀ ਉਹ ਸ਼ਰਾਰਤ ਵਾਲੀ ਉਂਗਲ ਸਾਡੀ ਵੀ ਸੁਣੋ ਕਰ ਚੋਰੀ ਕਰ ਮੈਂ ਤੇਰੇ ਯਾਰ ਨੂੰ ਤੁਸੀਂ ਮੇਰੇ ਮੁਲਾਜ਼ਮ ਨੂੰ ਚੁਗਤਾ ਕਰੋਗੇ ਮੈਂ ਅੱਗੇ ਚੋਰੀ ਥੋੜੀਆਂ ਕੀਤੀਆਂ ਜਦੋਂ ਦਾ ਆਇਆ ਹਾਂ ਮੈਂ ਉਹ ਤੇਰੀ ਹਮਾਇਤ ਕਰਨ ਤੇ ਲਾਣਤ ਆ ਬਈ ਚਲੋ ਕਰੋ 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 ਸਹੀ ਉਹ ਸਹੀ ਕਰਾਂਗੇ ਸਾਲਿਆ ਤੂੰ ਮਿਸਰ ਤੋਂ ਲਿਆ ਕੇ ਕਰਾਂਗੇ ਹਾਂ ਬਣ ਯਾਰ ਮਾਸ਼ਾਅੱਲਾ ਇੱਡਾ ਖੁੱਲਾ ਚੀ ਉਹ ਤੇਰਾ ਚੱਲ ਯਾਰ ਚੱਲ ਕਰ ਯਾਰ ਕਰ ਲੋ ਕਰ ਲੈ ਕਰ ਯਾਰ ਫਿਰ ਉਹਨੇ ਜਾਣਾ ਇੱਕ ਅੱਧੀ ਇੱਕ ਅੱਧੀ ਇੱਕ ਅੱਧੀ ਬਸ ਕਰ ਜ਼ਿਆਦਾ ਨਾ ਕਰਨਾ ਜ਼ਿਆਦਾ ਨਹੀਂ ਜਾ ਬਸ ਇੱਕ ਅੱਧੀ ਜਿਹੜੀ ਮਿਹਰਬਾਨੀ ਹੋ ਗਈ ਚਾਚੇ ਨਾਲ ਬਦਤਮੀਜ਼ੀ ਨਾ ਕਰੇ ਚਾਚਾ ਜੀ ਤੁਹਾਡੀ ਸਲਵਾਰ ਥੱਲੋਂ ਅਸੀਂ ਤੁਹਾਡੇ ਬੱਚੇ ਵਰਗੇ ਆ ਸਾਨੂੰ ਨਾ ਉਲਾਲਾ ਉਲਾਲਾ ਚਲੋ ਠਚਾਰੀ ਇੱਕ ਮਿੰਟ ਯਾਰ ਇੱਕ ਓਏ ਹੁਣ ਆਪ ਸਾਲਾ ਡਾਕਟਰ ਕੋ ਗਿਆ ਹੁਣ ਜਾ ਕੇ ਤਾਂ ਡਾਕਟਰ ਸਾਹਿਬ ਦਾੜ ਕੱਢ ਲੋਗੇ ਉਹ ਕਹਿੰਦਾ ਮੈਂ ਪਹਿਲਾਂ ਹੀ ਭਾਵੇਂ ਭੈਣ ਕਢਾ ਲਾ ਆ ਜੀ ਇਹ ਚੋਰੀ ਵੇਖਿਆ ਰ ਉਹ ਪੈ ਗਿਆ ਚੋਰੀ ਮੇਰਾ ਯਾਰਾ ਪੈ ਗਿਆ ਕੁੱਤਾ ਉਹ ਪੈ ਗਿਆ ਆਪ ਚੱਲ ਫਿਰ ਕੁੱਤਾ ਹੀ ਸੁਹਾਗ ਰਾਤ ਤੇ ਆਪਣੀ ਬੀਵੀ ਕਹਿੰਦਾ ਜਾਨ ਤੁਹਾਨੂੰ ਸੁਹਾਗ ਰਾਤ ਦੇ ਬਾਰੇ ਕੁਝ ਪਤਾ ਉਹ ਕਹਿੰਦੀ ਨਹੀਂ ਕਹਿੰਦਾ ਕਦੀ ਗੰਦੀ ਫਿਲਮ ਨਹੀਂ ਵੇਖੀ ਉਹ ਕਹਿੰਦੀ ਵੇਖੀ ਇਹ ਕਹਿੰਦਾ ਬਾ ਉਹ ਹੀ ਹੋਣਾ ਸੀ ਤੇਰੇ ਨਾਲ ਉਹ ਕਹਿੰਦੀ ਉਹ ਤਾਂ ਤੁਹਾਡੀ ਗੱਲ ਠੀਕ ਹੈ ਤੇ ਬਾਕੀ ਤੇ ਦੋ ਬੰਦੇ ਕਿੱਥੋਂ ਲਿਆਓਗੇ ਚੋਰੀ ਅਸੀਂ ਤੇਰਾ ਨਮਕ ਖਾਧਾ ਇੱਕ ਘਰ ਚ ਹੈਗਾ ਇੱਕ ਲੈ ਆ ਆਪ ਹੀ ਸਾਰਾ ਸੁਹਾਗਰਾ ਤੇ ਲੈ ਆਪਣੀ ਬੁੱਢੀ ਨੂੰ ਕਹਿੰਦਾ ਕਹਿੰਦਾ ਜਾਨੂ ਅੱਜ ਤੇਰੀ ਮੇਰੀ ਸੁਹਾਗਰਾ ਤੇ ਮੰਗ ਕੀ ਮੰਗ ਲਈ ਉਹਨੇ ਤਕੀ ਥੱਲੋਂ ਫੋਟੋ ਕੱਢ ਕੇ ਦਿੱਤੀ ਉਹਨੇ ਕਿਹਾ ਬੰਦਾ ਲਿਆ ਦੇ ਤੇ ਤੂੰ ਨਿਕਲ ਜਾ ਇਹ ਸਾਲਾ ਉਸ ਦਿਨ ਦਾ ਸ਼ੇਖੂਪੁਰੇ ਮੈਨੂੰ ਲੱਭਣ ਆਇਆ ਦੇਖਾ ਜੋ ਚਿਹਰਾ ਤੇਰਾ ਮੌਸਮ ਵੀ ਪਿਆਰਾ ਤੇਰਾ ਕੱਖ ਕੰਡਾ ਨਾ ਰਵੇ ਸੰਡਿਆ ਜੇ ਹਲਕਾ ਜਿਹਾ ਵਜ਼ਨ ਪਾਈ ਦਾ ਤੂੰ ਪੂਰਾ ਮਲਬਾ ਹੀ ਮੇਰੇ ਤੇ ਸੁੱਟਦਾ ਓਏ ਚਾਚਾ ਆਪਣੀ ਧੀ ਨੂੰ ਸਮਝਾਉਂਦਾ ਕਿਉਂ ਨਹੀਂ ਹੋਣਾ ਉਹ ਕਿਹੜੀ ਮੇਰੀ ਧੀ ਆ ਬੰਦੇ ਡਾਉਣ ਲਈ ਮੈਂ ਸਮਝ ਗਿਆ ਕਿਹੜਾ ਚਾਹੀਦਾ ਲਾ 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 ਨਾ ਕਰੀ
ਹੋਸ਼ ਕਰ ਮਾਈ ਤੇਰੇ ਚ ਮਰਦਾਨਾ ਤਾਕਤ ਦਰਵਾਜ਼ਾ ਖੋਲ ਕੇ ਅੰਦਰ ਗਿਆ, ਅੰਦਰ ਉਹਨਾਂ ਫਰਨੈਲ ਦੀ ਗੋਲੀ ਰੱਖੀ, ਗੋਲੀ ਚੁੱਕ ਕੇ ਮੂੰਹ ਚ ਪਾ ਕਹਿੰਦਾ ਤੁਹਾਡੀ ਭੈਣ ਨੂੰ ਹੁਣ ਤਾਂ ਮਖਾਣ ਹੀ ਫਿੱਕੇ ਆਉਣ ਲੱਗ ਗਿਆ। ਅੱਛਾ ਖੁਦਾ ਦੀ ਕਸਮ ਲਓ ਜੀ, ਮੈਂ ਸਮਝਿਆ ਮੈਨੂੰ ਕਹਿ ਰਿਹਾ। ਉਹ ਚਵਲਾ ਤੈਨੂੰ ਹੀ ਕਹਿ ਰਿਹਾ, ਅੱਲਾ ਦੀ ਕਸਮ। ਉਹ ਮੈਂ ਸਮਝਾ ਮੈਂ। ਓਏ ਇੱਕ ਮਿੰਟ, ਇਹ ਗੱਲ ਨੂੰ ਇੱਥੇ ਖਤਮ ਕਰੋ, ਇਹ ਵੱਧ ਹੀ ਜਾਣੀ। ਅੱਜ ਤਾਂ ਮੈਨੂੰ ਕਰਨ ਦੇ ਗਈਆਂ ਹੀ ਆਈਆਂ। ਉਹ ਸਾਡੇ ਨਾਲ ਫੈਸਲਾ ਕਰੋ, ਨਹੀਂ ਤੇ ਅਸੀਂ ਜੇਲ੍ਹ ਵਾਪਸ ਚੱਲੇ ਆ। ਕਾਕਾ ਗੱਲ ਇਹ ਹੈ, ਅਸਲ ਮੌਕਫ ਤੇ ਆਈਏ। ਕਿਹੜੇ ਕਿਹੜੇ ਕੇਸ 'ਚ ਤੁਸੀਂ ਗਏ ਹੋ? ਅਸੀਂ ਕਿਹੜੇ ਕਿਹੜੇ ਕੇਸ 'ਚ ਫੜ ਗਏ? ਅਸੀਂ ਦੋਵੇਂ ਭਰਾ ਮੈਕਡੋਨਲਡ 'ਚ ਲੱਗੇ ਸੀ ਤੇ ਵੇਖ ਲਿਆ ਉਹਨਾਂ ਨੇ, ਇਹ ਬੰਦ ਦੇ ਉੱਤੇ ਬੰਦ ਰੱਖ ਕੇ ਦੇ ਰਿਹਾ ਸੀ ਉਹਨਾਂ, ਕਹਿੰਦੇ ਵਿੱਚ ਪੀਸ ਤੇਰੇ ਪਿਓ ਨੇ ਰੱਖਣਾ। ਚੰਬੇਲੀ ਬਦਮਾਸ਼ ਨੇ ਕਿਹਾ ਵੀ ਮੈਂ ਤੇਰੀਆਂ ਕੁੜੀਆਂ ਲੈ ਜਾਣੀਆਂ ਚੱਕ ਕੇ, ਮੇਰੀਆਂ ਦੋ ਧੀਆਂ ਲਾਰੀਏ ਦੇ ਹੁੰਦੇ ਆ। ਪਿੱਛੇ ਗੱਲ ਨਾ ਵਧਾ। ਅੱਛਾ, ਦੂਸਰਾ ਹਫ਼ਤਾ ਸ਼ੁਰੂ ਹੋਣਾ, ਇਨਸ਼ਾਅੱਲਾ ਠੀਕ ਹੈ। ਤੇ ਉਹ ਮੈਂ ਚਾਹੁੰਦਾ ਵੀ ਪੈਸਾ ਜਿੰਨਾ ਮਰਜ਼ੀ ਲੱਗ ਜਾਏ, ਮੇਰੀ ਧੀਆਂ ਦੀ ਇੱਜ਼ਤ ਤੇ ਹਰਫ਼ ਨਹੀਂ ਆਉਣਾ ਚਾਹੀਦਾ। ਬੋਲਣਾ ਚਾਚਾ ਜੀ। ਨਹੀਂ 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 ਚਾਚਾ ਜੀ, ਸਿੱਧੀ ਸਿੱਧੀ ਗੱਲ ਹੈ ਵੀ 40 ਲੱਖ ਰੁਪਈਆ ਲੱਗਣਾ ਜੀ। ਚਲੋ ਜਾਓ, ਚੁੱਕੀਆਂ ਜਾਣ ਦਿਓ ਕੁੜੀਆਂ। ਛੱਡ ਦਿਓ ਚਾਚਾ ਜੀ, ਉਹਦੇ ਮੂੰਹ ਨਿਕਲ ਗਿਆ, ਜ਼ਿੰਦਗੀ ਸਾਡਾ ਸਭ ਤੋਂ ਘੱਟ ਪੈਸਿਆਂ ਦਾ ਕੰਮ ਹੋਏਗਾ ਯਾਰ ਦੀ ਖਾਤਰ। ਮੈਨੂੰ ਤਾਂ ਬੋਲ ਪੈਸੇ ਕਿੰਨੇ ਦਿਆਂ? 20 ਲੱਖ। ਕਾਕਾ ਦੋ ਮੇਰੀਆਂ ਧੀਆਂ, 10-10 ਲੱਖ ਜਿੱਦਾਂ ਮੈਨੂੰ ਘਰ ਨਹੀਂ ਪੈਂਦੀਆਂ। ਅਗਰ ਉਹ ਧੀਆਂ ਜੋ ਤੁਹਾਡੀਆਂ ਚੁੱਕ ਕੇ ਲੈ ਜੇ ਕੀ ਫਾਇਦਾ? ਉਹ 20 ਲੱਖ ਅਗਰ ਉਹ ਧੀਆਂ ਤੁਹਾਡੇ ਕੋਲ ਰਹਿਣ ਹੋ ਰਹੇ, ਉਹਨਾਂ ਕਿੰਨੇ ਕਮਾ ਲੈਣੇ ਆ ਜਾਣੇ ਨੇ? ਕਿੱਥੋਂ ਕਮਾ ਲੈਣੇ? ਉਹ ਕਿਤੇ ਡਾਕਟਰ ਲੱਗ ਜਾਣ, ਕਿਤੇ 20 ਲੱਖ ਰੁਪਏ ਉਸ ਬਦਮਾਸ਼ ਨੂੰ ਅਸੀਂ ਆਪ ਨਿਬੜ ਲਾਂਗੇ ਇਸ ਦਾ। ਅੱਛਾ, ਮੈਂ ਤੁਹਾਨੂੰ ਕਾਕਾ ਦਿਆਂ 20 ਲੱਖ ਰੁਪਈਆ। ਹਾਂਜੀ, ਗੱਲ ਇਹ ਵੀ ਮਿਸਾਲ ਦੇ ਤੌਰ ਤੇ ਅਗਰ ਮੇਰੀਆਂ ਕੁੜੀਆਂ ਫੇਰ ਵੀ ਚੁੱਕੀਆਂ ਗਈਆਂ ਤਾਂ ਫੇਰ? ਹਾਂ, ਫੇਰ ਤੂੰ ਸਾਡੀਆਂ ਚੁੱਕ ਲਿਆਈ। ਕਿੰਨੇ? ਜਿੰਨਾ ਮਰਜ਼ੀ ਖੁੱਲਾ ਚੀਜ਼ ਕਰ ਲੈ, 20 ਲੱਖ ਰੁਪਈਆ ਮੇਰੀ ਧੀਆਂ ਦੀ ਇੱਜ਼ਤ ਤੋਂ ਮੈਂ ਕੁਰਬਾਨ ਕਰ ਦਿਆਂ। 20 ਲੱਖ ਰੁਪਈਆ ਮੇਰੀ ਹਸੀਅਤ ਮੁਤਾਬਕ ਕੀ ਹੈ? ਠੀਕ ਹੈ, ਨਹੀਂ ਦੇਣੇ ਮੈਂ, ਜਾਓ। ਕਿੱਥੇ ਸਾਡਾ ਸੌਦਾ ਖਰਾਬ ਕਰਾ ਰਹੇ? ਚੰਗਾ ਬਣਾ ਸੀ ਉੱਥੇ ਕੋਠੀ ਦੀ ਮਜ਼ਦੂਰੀ। ਗੱਲ ਸੁਣ, 20 ਲੱਖ ਰੁਪਈਆ ਡਨ। ਹਾਂਜੀ, ਆਪਣੀ ਜ਼ਬਾਨੀ ਦੱਸੋ ਕਿੰਨੇ ਸੌਦਾ? 20 ਲੱਖ ਰੁਪਏ ਡਨ ਡਨ ਜੀ। 1000 ਰੁਪਈਆ ਐਡਵਾਂਸ, ਕੰਮ ਸ਼ੁਰੂ ਕਰੋ, ਕਰੋ ਸ਼ੁਰੂ। 1000 ਰੁਪਈਆ ਮਾਰ ਦੇ ਮੂੰਹ ਤੇ ਯਾਰ, ਹੋਰ ਕੀ ਧੰਦੇ ਦਿਆਂ? 200 ਰੁਪਈਆ ਹੋਰ ਦੇ।
ਕੋੜਾ ਬੜੀ ਭੱਜ ਨਸ ਕੀਤੀ ਸੀ ਕਾਕਾ ਯਾਰ 1200 ਤੋਂ ਗੱਡ ਨਹੀਂ ਯਾਰ 1200 ਰੁਪਏ ਦੇ ਵਿੱਚ ਤੈਅ ਕਰਨ ਦੇ 2500 ਦੀ ਤੇ ਸੀ ਉਹਨਾਂ ਦੀ ਹੱਥ ਕੜੀਆਂ ਲੈ ਗੱਲ ਇਹ ਕਾਕਾ ਨਾ 1200 ਮੇਰਾ ਨਾ 1500 ਤੁਹਾਡਾ ਠੀਕ ਰੁਪਈਆ ਦੇਵਾਂਗਾ ਐਡਵਾਂਸ 1100 ਬਸ ਡਨ ਕਰੋ ਜੀ ਡਨ ਕਰੋ ਜਿੱਥੇ 1100 ਦੇ ਨਹੀਂ ਡਨ ਛੱਡ ਦੇ ਯਾਰ ਬਿਰਾ ਨੇ ਕਹਿ ਜਿੱਥੇ 1100 ਦਿੱਤਾ 19 ਲੱਖ ਦੀ 9000 ਮਰਚਲ ਬਾਕੀ ਵੀ ਦੇ ਗੱਲ ਨਹੀਂ ਤੁਸੀਂ ਸੈਂਚ ਰੱਖੋ ਕਿ ਮੈਂ ਤੁਹਾਨੂੰ ਇੱਕ ਹੈਂਡਸਮ ਅਮਾਉਂਟ ਪਹਿਲੇ ਦੇਤੀ ਇਹ ਅੱਧੇ ਰੱਖ ਲੋ ਤੋ ਗੱਲ ਮੈਂ ਮੰਗਾ ਦੇ ਸਾਨੂੰ ਤਰਾ ਨਹੀਂ ਇਹ ਘਰ ਪੈਸੇ ਛੱਡ ਆਈ ਦਫਾ ਹੋ ਇਥੋਂ ਹੁਣ ਸੌਦਾ ਆਇਆ ਆਪਾਂ ਇਹ ਕੌਣ ਇਹ ਭਾਬੀ ਹੈ ਤੇਰੀ ਤੇ ਮੇਰੀ ਬੇਗਮ ਆ ਓਏ ਇਹ ਤੇਰੀ ਬੀਵੀ ਹੈ ਹਾਂਜੀ ਮੇਰੀ ਬੀਵੀ ਹੈ ਉਹ ਤੇਰੀ ਬਣ जंग दे दौरान कैप्टन ने फोन किया हेलो क्या बना कहिंदा तेतियां ते दो आउट तू बंदे माकूल लिया लेकिन मैं भी तेरी इज्जत रखी है ਮੈਂ ਅੱਧੇ ਤੋਂ ਬਹੁਤ ਐਡਵਾਂਸ ਦੇਤੇ ਵਾਹ 20 ਲੱਖ ਚੋਂ 1100 ਅੱਧੇ ਤੇ ਹਾਂਜੀ ਬੜੀ ਇਹਨਾਂ ਤੇ ਨਜ਼ਰ ਰੱਖਣੀ ਵੀ ਕਿਤੇ ਨਿਕਲ ਨਾ ਜਾਣ ਪੈਸਾ ਲੈ ਕੇ ਤਾਲਾ ਲਾਇਆ 1500 ਤਾਂ ਬਾਹਰ ਤਾਲਾ ਲਾਇਆ ਵੈਰੀ ਗੁੱਡ ਆਛਾ ਕੀ ਤਾਂ ਓਏ ਇਹ ਵੀ ਤੁਹਾਡਾ ਘਰ ਹੈ ਲੈ ਹੋਰ ਗਲੀ ਕੱਢੀ ਅਸੀਂ ਕੋਠੀ ਹੈ ਸਾਡੀ ਓਏ ਅੰਦਰ ਤੇ ਬੜਾ ਫਰੂਟ ਪਿਆ ਫਰੂਟ ਮੰਡੀ ਦਾ ਕੰਮ ਕਰਦੇ ਹੋ ਉਹ ਨਹੀਂ ਉਹ ਜੁਮੇ ਦੇ ਜੁਮੇ ਬੱਚੀਆਂ ਦੇ ਦੋਸਤ ਆਉਂਦੇ ਆ ਉਹ ਲੈ ਆਉਂਦੇ ਨੇ ਉਹ ਦੋ ਤਿੰਨ ਮੁੰਡੇ ना कर यार की करना की है मैं लगता है अंदर जाके केला सीधा हो गया है यार ना करी बाथरूम में ना जाना पड़े ज्यादा प्रेशर तू नहीं तो थोक ला सगो पतला हो जाना है चाचा जी जो तेन पता भी केला तकलीफ दिता चित के क्यों नहीं खाता चाचा जी तुहाडा बाथरूम किथे ए नाल छपया इधर ही हां जी इशारा टप के चल ओए चाचा जी थोड़ी जो पीछे हो जाओ की होया ये तो प्रेशर बड़ा